ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ एग्जाम ਜੋਬ ਹਫਦੇ ਵਿੱਚ ਤੇ ਦੋਸਤੋ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੀ ਟ੍ਰਿਪਲ ਐਸ ਵੱਲੋਂ ਇੱਕ ਹੋਰ ਨਵੀਂ ਭਰਤੀ ਆਊਟ ਕਰ ਦਿੱਤੀ ਗਈ ਹੈ ਤੇ ਇਹ ਭਰਤੀ ਹੋਣ ਵਾਲੀ ਹੈ ਜੀ 7 of 2024 ਇਸ ਦਾ ਐਡਵਰਟਾਈਜ਼ਮੈਂਟ ਨੰਬਰ ਹੈ ਤੇ ਇਸ ਦੇ ਵਿੱਚ ਕਿੰਨੀਆਂ ਪੋਸਟਾਂ ਨੇ ਕੀ एलिजिਬਿਲਟੀ ਕ੍ਰਾਈਟੇਰੀਆ ਹੈ ਇਸ ਦਾ ਕੀ ਏਜ ਲਿਮਿਟ ਹੋਣ ਵਾਲੀ ਹੈ ਸਭ ਕੁਝ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਤੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਨਵੇਂ ਹੋ ਇਸ ਚੈਨਲ ਦੇ ਉੱਤੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਨੂੰ ਤੇ ਚੱਲਦੇ ਹਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜਿਵੇਂ ਕਿ ਤੁਸੀਂ ਇਸ ਨੋਟੀਫਿਕੇਸ਼ਨ ਨੂੰ ਚੈੱਕ ਕਰ ਰਹੇ ਹੋਵੋਗੇ ਤਾਂ ਇਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਜੋ ਗੱਲਾਂ ਨੇ ਜੋ ਤੁਸੀਂ ਦੇਖ ਸਕਦੇ ਹੋ ਇਸ ਫਾਰਮ ਨੂੰ ਭਰਨ ਵਾਸਤੇ ਜੋ ਇੰਪੋਰਟੈਂਟ ਡੇਟ ਹਨ ਉਹ ਕੀ ਹਨ ਇਸ ਦੀ ਜੋ ਆਨਲਾਈਨ ਅਪਲਾਈ ਕਰਨ ਦੀ ਜੋ ਡੇਟ ਹੈ 21/8/2024 ਹੈ ਅਤੇ ਲਾਸਟ ਡੇਟ ਹੈ 7/9/2024 ਇਸ ਦੀ ਲਾਸਟ ਡੇਟ ਹੋਣ ਵਾਲੀ ਹੈ ਤੇ ਇਸ ਦੀ ਜੋ ਕਰੈਕਸ਼ਨ ਡੇਟ ਹੈ ਉਹ ਵੀ ਤੁਸੀਂ ਇੱਥੇ ਦੇਖ ਸਕਦੇ ਹੋ ਕਰੈਕਸ਼ਨ ਡੇਟ 21/9/2024 ਤੋਂ ਲੈ ਕੇ 25/9/2024 ਤੱਕ ਇਸ ਦੀ ਕਰੈਕਸ਼ਨ ਡੇਟ ਜੋ ਓਪਨ ਰਹੇਗੀ ਤੇ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਇਸ ਭਰਤੀ ਦੇ ਵਿਚਕਾਰ ਜੋ ਕਿਹੜੇ ਡਿਪਾਰਟਮੈਂਟ ਦੇ ਅੰਦਰ ਕਿੰਨੀਆਂ ਪੋਸਟਾਂ ਨੇ ਜੋ ਅਸਾਮੀ ਦਾ ਨਾਮ ਕੀ ਹੈ ਉਹ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਡਿਪਾਰਟਮੈਂਟ ਹੈ ਪੰਜਾਬ ਰਾਜ ਗੋਦਾਮ ਗਮ ਚੰਡੀਗੜ ਸਬਡਿਵੀਜ਼ਨਲ ਅਫਸਰ ਦੀ ਇਹ ਪੋਸਟ ਹੈ ਤੇ ਗਿਣਤੀ ਜੋ ਪੋਸਟਾਂ ਕਿੰਨੀਆਂ ਨੇ ਦੋ ਹਨ ਉਸ ਤੋਂ ਬਾਅਦ ਜੂਨੀਅਰ ਆਡੀਟਰ ਐਗਜ਼ੀਕਿਊਟਿਵ ਅਸਿਸਟੈਂਟ ਅੰਕੜਾ ਅਫਸਰ ਅਸਿਸਟੈਂਟ ਮੈਨੇਜਰ ਫੀਲਡ ਇਨਵੈਸਟੀਗੇਟਰ ਖਜ਼ਾਨਾ ਅਫਸਰ ਸੈਕਸ਼ਨ ਅਫਸਰ ਸੈਕਸ਼ਨ ਅਫਸਰ ਸਿਵਲ ਅਤੇ ਬਿਜਲੀ ਇਹਨਾਂ ਦੇ ਵਿੱਚ ਕਾਰਪ ਜੋ ਪੋਸਟਾਂ ਨੇ ਉਹ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਹੁਣ ਜੋ ਪੋਸਟਾਂ ਨੇ ਉਹ ਪੋਸਟਾਂ ਵਾਈਜ਼ ਅਤੇ ਕੈਟਾਗਰੀ ਵਾਈਜ਼ ਡਿਵਾਈਡੇਸ਼ਨ ਕੀਤੀ ਗਈ ਹੈ ਤੇ ਕਿੰਨੀਆਂ ਪੋਸਟਾਂ ਨੇ ਉਹ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਜਿਵੇਂ ਕਿ ਸਬ ਡਿਵੀਜ਼ਨਲ ਅਫਸਰ ਸਿਵਲ ਦੇ ਵਿੱਚ ਕਿੰਨੀਆਂ ਪੋਸਟਾਂ ਨੇ ਤੇ ਜੂਨੀਅਰ ਆਡੀਟਰ ਦੀਆਂ ਕਿੰਨੀਆਂ ਪੋਸਟਾਂ ਨੇ ਕੈਟਾਗਰੀ ਵਾਈਜ਼ ਤੁਸੀਂ ਇੱਥੇ ਦੇਖ ਸਕਦੇ ਹੋ ਜੋ ਵੀ ਤੁਹਾਡੀ ਕੈਟਾਗਰੀ ਹੋਵੇਗੀ ਉਸ ਅਨੁਸਾਰ ਤੁਸੀਂ ਪੋਸਟਾਂ ਨੂੰ ਦੇਖ ਕੇ ਫਾਰਮ ਆਪਣਾ ਭਰ ਲੈਣਾ ਹੈ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਇਹਨਾਂ ਪੋਸਟਾਂ ਵਾਸਤੇ ਜੋ ਪੇ ਸਕੇਲ ਕਿੰਨਾ ਹੋਵੇਗਾ ਉਹ ਤੁਸੀਂ ਦੇਖ ਸਕਦੇ ਹੋ ਪੇ ਸਕੇਲ ਹਰ ਇੱਕ ਪੋਸਟ ਦੇ ਅੱਗੇ ਜੋ ਦੱਸਿਆ ਹੋਵੇਗਾ ਸੋ ਜੋ ਵੀ ਤੁਸੀਂ ਪੋਸਟ ਭਰ ਰਹੇ ਹੋ ਉਸ ਦੇ ਅੱਗੇ ਤੁਸੀਂ ਆਪਣੀ ਜੋ ਪੇ ਸਕੇਲ ਨੂੰ ਵੀ ਦੇਖ ਸਕਦੇ ਹੋ ਉਸ ਤੋਂ ਬਾਅਦ ਗੱਲ ਕਰਦੇ ਹਾਂ ਜਿੰਨੀਆਂ ਵੀ ਇਸ ਦੇ ਵਿੱਚਕਾਰ ਪੋਸਟ ਆਈਆਂ ਨੇ ਉਹਨਾਂ ਪੋਸਟਾਂ ਦਾ ਜੋ ਐਜੂਕੇਸ਼ਨਲ ਕੁਆਲੀਫਿਕੇਸ਼ਨ ਕੀ ਰੱਖੀ ਗਈ ਹੈ ਜਿਵੇਂ ਕਿ ਪੰਜਾਬ ਰਾਜ ਗੋਦਾਮ ਨਿਗਮ ਚੰਡੀਗੜ੍ਹ ਜਿਸ ਦੇ ਲਈ ਸਬ ਡਿਵੀਜ਼ਨਲ ਆਫਸਰ ਸਿਵਲ ਦੀ ਜੋ ਪੋਸਟ ਹੈ ਉਸ ਦੇ ਵਿਚਕਾਰ ਜੋ ਕੁਆਲੀਫਿਕੇਸ਼ਨ ਕੀ ਰੱਖੀ ਗਈ ਹੈ ਜਿਵੇਂ ਕਿ ਗ੍ਰੈਜੂਏਸ਼ਨ ਇਨ ਸਿਵਲ ਇੰਜੀਨੀਅਰਿੰਗ ਦੇ ਵਿੱਚ ਫਰਸਟ ਐਂਡ ਸੈਕੰਡ ਕਲਾਸ ਫਰੋਮ ਅ ਰਿਕੋਨਾਈਜ਼ਡ ਯੂਨੀਵਰਸਿਟੀ ਦੇ ਵਿੱਚ ਹੋਣੀ ਚਾਹੀਦੀ ਹੈ ਜਾਂ ਫਿਰ ਡਿਪਲੋਮਾ ਇਨ ਇੰਜੀਨੀਅਰਿੰਗ ਫਰੋਮ ਅ ਰਿਕੋਨਾਈਜ਼ਡ ਯੂਨੀਵਰਸਿਟੀ ਵਿਦ ਐਕਸਪੀਰੀਅੰਸ ਤੁਹਾਨੂੰ ਹੋਣਾ ਚਾਹੀਦਾ ਹੈ ਜੂਨੀਅਰ ਆਡੀਟਰ ਦੀ ਜੋ ਪੋਸਟ ਹੈ ਬੀਕਾਮ ਫਰਸਟ ਡਿਵੀਜ਼ਨ ਅਤੇ ਐਮਕਾਮ ਸੈਕੰਡ ਡਿਵੀਜ਼ਨ ਦੇ ਵਿਚਕਾਰ ਹੋਣੀ ਜ਼ਰੂਰੀ ਹੈ ਉਹ ਤੁਸੀਂ ਇੱਥੇ ਦੇਖ ਦੇ ਨਾਲ ਟਾਈਪਿੰਗ ਟੈਸਟ ਵੀ ਹੋਵੇਗਾ ਇੰਗਲਿਸ਼ ਦਾ ਉਸ ਤੋਂ ਬਾਅਦ ਐਗਜ਼ੀਕਿਊਟਿਵ ਅਸਿਸਟੈਂਟ ਦੀ ਜੋ ਪੋਸਟ ਹੈ ਉਸ ਦੇ ਲਈ ਜੋ ਬੈਚਲਰ ਡਿਗਰੀ ਮੰਗੀ ਗਈ ਹੈ ਕੁਆਲੀਫਾਈ ਏ ਕੰਪੀਟੀਟਿਵ ਟੈਸਟ ਸਪੈਸੀਫਾਈਡ ਬਾਏ ਦੀ ਅਪੋਇੰਟਿੰਗ ਅਥਾਰਟੀ ਫਰੋਮ ਟਾਈਮ ਟੂ ਟਾਈਮ ਜੋ ਵੀ ਇਸ ਦੇ ਵਿੱਚਕਾਰ ਜੋ ਕੁਆਲੀਫੀਕੇਸ਼ਨ ਰੱਖੀ ਗਈ ਹੈ ਉਹ ਕੈਂਡੀਡੇਟ ਪੂਰੀ ਕਰਦਾ ਹੋਣਾ ਚਾਹੀਦਾ ਹੈ ਅਤੇ ਇਸ ਦੇ ਲਈ ਕੰਪਿਊਟਰ ਦਾ ਆਓ ਲੈਵਲ ਦਾ ਤੁਹਾਡੇ ਕੋਲ ਸਰਟੀਫਿਕੇਟ ਵੀ ਹੋਣਾ ਜ਼ਰੂਰੀ ਹੈ ਅੰਕੜਾ ਅਫਸਰ ਵਾਸਤੇ ਮਾਸਟਰ ਡਿਗਰੀ ਚਾਹੀਦੀ ਹੈ ਇਕਨੋਮਿਕਸ ਅਤੇ ਮੈਥਮੈਟਿਕਸ ਦੇ ਵਿਚਕਾਰ ਅਸਿਸਟੈਂਟ ਮੈਨੇਜਰ ਦੀ ਤੁਸੀਂ ਪੋਸਟ ਦੇ ਵਿਚਕਾਰ ਜੋ ਡਿਗਰੀ ਹੈ ਬੈਚਲਰ ਡਿਗਰੀ ਇੰਜੀਨੀਅਰਿੰਗ ਦੀ ਹੋਵੇ ਅਤੇ ਜੋ ਕਿ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਐਂਡ ਮਾਸਟਰ ਬਿਜ਼ਨਸ ਦੇ ਵਿਚਕਾਰ ਜਾਂ ਕੰਪਿਊਟਰ ਸਾਇੰਸ ਦੇ ਵਿਚਕਾਰ ਹੋਣੀ ਚਾਹੀਦੀ ਹੈ ਫੀਲਡ ਇਨਵੈਸਟੀਗੇਸ਼ਨ ਦੀ ਜੋ ਪੋਸਟ ਹੈ ਉਸ ਦੇ ਵਿੱਚਕਰ ਤੁਸੀਂ ਡਿਗਰੀ ਕੀਤੀ ਹੋਣੀ ਚਾਹੀਦੀ ਹੈ ਇਨ ਇਕਨੋਮਿਕਸ ਮੈਥਮੈਟਿਕਸ ਔਰ ਸੋਸ਼ਲ ਸਾਇੰਸ ਜਾਂ ਵਿਦ ਸਟੈਟਿਸ ਦੇ ਵਿੱਚਕਰ ਹੋਣੀ ਚਾਹੀਦੀ ਹੈ ਖਜ਼ਾਨਾ ਅਫਸਰ ਵਾਸਤੇ ਜੋ ਪੋਸਟ ਹੈ ਉਸ ਵਾਸਤੇ ਤੁਹਾਡੀ ਜੋ ਕਾਮਰਸ ਹੈ ਗ੍ਰੈਜੂਏਸ਼ਨ ਹੋਣੀ ਜ਼ਰੂਰੀ ਹੈ ਸੈਕਸ਼ਨ ਅਫਸਰ ਸਿਵਲ ਦੇ ਵਿਚਕਾਰ ਡਿਪਲੋਮਾ ਇਨ ਸਿਵਲ ਇੰਜੀਨੀਅਰਿੰਗ ਮੰਗਿਆ ਗਿਆ ਹੈ ਅਤੇ ਜੋ ਸੈਕਸ਼ਨ ਅਫਸਰ ਬਿਜਲੀ ਹੈ ਉਸਦੇ ਲਈ ਡਿਪਲੋਮਾ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਮੰਗਿਆ ਗਿਆ ਹੈ ਤੇ ਇਹਨਾਂ ਸਾਰੇ ਪੋਸਟਾਂ ਨੂੰ ਜੋ ਵੀ ਤੁਸੀਂ ਪੋਸਟ ਭਰ ਰਹੇ ਹੋ ਉਸ ਦੇ ਵਿਚਕਾਰ ਜੋ ਤੁਸੀਂ ਅੱਗੇ ਦੇਖ ਸਕਦੇ ਹੋ ਕਿ ਕੀ ਇਹਨਾਂ ਨੇ ਕੁਆਲਿਫੀਕੇਸ਼ਨ ਰੱਖੀ ਹੈ ਤੇ ਨਾਲ ਦੇ ਨਾਲ ਤੁਸੀਂ 10ਵੀਂ ਪੜ੍ਹੀ ਹੋਣੀ ਚਾਹੀਦੀ ਹੈ ਐਜ਼ ਅ ਸਬਜੈਕਟ ਜੋ ਕਿ ਇੱਥੇ ਦੱਸਿਆ ਗਿਆ ਹੈ ਉਸ ਤੋਂ ਬਾਅਦ ਏਜ ਲਿਮਿਟ ਕੀ ਹੈ 1/1/2024 ਨੂੰ ਤੁਹਾਡੀ ਏਜ ਹੈ 18 ਤੋਂ ਲੈ ਕੇ 37 ਸਾਲ ਤੱਕ ਹੋਣੀ ਚਾਹੀਦੀ ਹੈ ਤੇ ਜੋ ਕੈਂਡੀਡੇਟ ਐਸਸੀ ਕੈਂਡੀਡੇਟ ਹਨ ਉਹਨਾਂ ਦੀ 18 ਤੋਂ ਲੈ ਕੇ 42 ਸਾਲ ਤੱਕ ਅਤੇ ਜੋ ਐਕਸ ਸਰਵਿਸਮੈਨ ਕੈਂਡੀਡੇਟ ਹਨ 18 ਤੋਂ ਲੈ ਕੇ 45 ਸਾਲ ਤੱਕ ਉਹਨਾਂ ਦੀ ਏਜ ਲਿਮਟ ਹੋਣੀ ਜ਼ਰੂਰੀ ਹੈ ਉਸ ਤੋਂ ਬਾਅਦ ਗੱਲ ਕਰਾਂਗੇ ਇਹਨਾਂ ਫਾਰਮ ਨੂੰ ਭਰਨ ਵਾਸਤੇ ਫੀਸ ਕਿੰਨੀ ਹੈ 1000 ਰੁਪਏ ਜਨਰਲ ਵਾਸਤੇ ਫੀਸ ਹੈ ਬੀਸੀ ਐਸਸੀ ਜਾਂ ایਡਬਲਯੂਐਸ ਵਾਸਤੇ 250 ਰੁਪਏ ਐਕਸ ਸਰਵਿਸਮੈਨ ਵਾਸਤੇ 200 ਰੁਪਏ ਅਤੇ ਹੈਂਡੀਕੈਪ ਵਾਸਤੇ 500 ਰੁਪਏ ਫੀਸ ਹੋਣ ਵਾਲੀ ਹੈ ਤੇ ਜੋ ਵੀ ਇਸ ਦੇ ਵਿੱਚ ਕਰ ਪੋਸਟਾਂ ਹਨ ਜੂਨੀਅਰ ਆਡੀਟਰ ਦਾ ਐਗਜ਼ੀਕਿਊਟਿਵ ਅਸਿਸਟੈਂਟ ਜਾਂ ਫਿਰ ਉੱਪਰ ਲੀਆਂ ਜੋ ਵੀ ਪੋਸਟਾਂ ਸੀ ਜਿਵੇਂ ਕਿ ਸਬਡਿਵੀਜ਼ਨਲ ਅਫਸਰ ਅੰਕੜਾ ਅਫਸਰ ਅਸਿਸਟੈਂਟ ਮੈਨੇਜਰ ਦੀ ਜੋ ਪੋਸਟਾਂ ਹਨ ਇਹਨਾਂ ਸਾਰਿਆਂ ਦੇ ਆਬਜੈਕਟਿਵ ਟਾਈਪ ਜਾਨੀ ਕਿ ਆਫਲਾਈਨ ਤੋਂੜਾ ਪੇਪਰ ਲਿਆ ਜਾਵੇਗਾ ਪੇਪਰ ਦੇ ਆਧਾਰ ਤੇ ਜੋ ਤੁਹਾਡੀ ਮੈਰਿਟ ਬਣੇਗੀ ਅਤੇ ਜੋ ਵੀ ਇਸ ਦਾ ਜੋ ਸਿਲੇਬਸ ਹੋਵੇਗਾ ਉਹ ਬਾਅਦ ਵਿੱਚ ਇਹਨਾਂ ਨੇ ਵੈਬਸਾਈਟ ਉੱਤੇ ਜੋ ਅਪਡੇਟ ਕਰ ਦੇਣਾ ਹੈ ਸੋ ਤੁਸੀਂ ਚੈਨਲ ਦੇ ਨਾਲ ਜੁੜੇ ਰਹੋ ਤੇ ਜੋ ਐਗਜ਼ੀਕਿਊਟਿਵ ਅਸਿਸਟੈਂਟ ਹੈ ਜਾਂ ਜੂਨੀਅਰ ਆਡੀਟਰ ਜੋ ਪੋਸਟ ਹੈ ਉਸ ਦੇ ਵਾਸਤੇ ਜੋ ਟਾਈਪਿੰਗ ਟੈਸਟ ਹੈ ਉਹ ਲਿਆ ਜਾਣਾ ਹੈ 30 ਵਰਡ ਪਰ ਮਿੰਟ ਲਈ ਵਾਸਤੇ ਉਹ ਇੱਥੇ ਦੱਸਿਆ ਗਿਆ ਹੈ ਤੇ ਦੋਸਤੋ ਏਸੀ ਜਾਣਕਾਰੀ ਇਸ ਨਵੇਂ ਭਰਤੀ ਬਾਰੇ ਜੇਕਰ ਤੁਸੀਂ ਵੀ ਇਸ ਅ ਪਤੀ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਤੁਹਾਡੀ ਕੁਆਲਿਫੀਕੇਸ਼ਨ ਇਸ ਦੇ ਨਾਲ ਮੈਚ ਕਰਦੀ ਹੈ ਤਾਂ ਤੁਸੀਂ ਇਸ ਫਾਰਮ ਨੂੰ ਜ਼ਰੂਰ ਪਰ ਸਕੋਗੇ ਤੇ ਜੇਕਰ ਦੋਸਤੋ ਤੁਹਾਨੂੰ ਕੁਝ ਵੀ ਇਸ ਬਾਰੇ ਜੋ ਕੁਝ ਪੁੱਛਣਾ ਹੈ ਤੁਸੀਂ ਜੇ ਸਮਝ ਨਹੀਂ ਆਇਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਮੈਸੇਜ ਦਾ ਤੁਹਾਨੂੰ ਜਲਦੀ ਰਿਪਲਾਈ ਕਰ ਦੇਵਾਂਗਾ ਤੇ ਮਿਲਦੇ ਹਾਂ ਕਿਸੇ ਹੋਰ ਨੈਕਸਟ ਵੀਡੀਓ ਦੇ ਵਿੱਚ ਜੈ ਹਾਂ ਜੈ ਬਾਲ